ਸਤਿਕਾਰਯੋਗ ਸਾਡੇ ਲੀਡਰ ਹੈ। ਮੇਰੇ ਉਹਨਾਂ ਨੇ ਪਾਰਟੀ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਹੈ। ਉਹਨਾਂ ਨੇ ਆਪਣਾ ਸਾਰਾ ਜੀਵਨ ਆਪਣੇ ਪਾਰਟੀ ਦੇ ਵਾਸਤੇ ਲਾਇਆ ਹੈ। ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਰਿਸਪੈਕਟ ਕਰਦਾ, ਜਦੋਂ ਵੀ ਆਉਂਦਾ ਮੈਂ ਉਹਨਾਂ ਦੇ ਪੈਰੀ ਹੱਥ ਲਾਉਣਾ, ਸਾਰੇ ਗਾਈਡੈਂਸ ਵੀ ਲੈਂਦਾ। ਸੋ ਮੈਂ ਉਹਨਾਂ ਬਾਰੇ ਕੁਛ ਨਹੀਂ ਕਹਿ ਸਕਦਾ। ਮੈਂ ਕਹਿੰਦਾ ਜੀ, ਮੇਰੇ ਤਾਂ ਬਜ਼ੁਰਗਾਂ ਵਾਂਗੂ ਹਨ। ਮੈਂ ਉਹਨਾਂ ਬਾਰੇ, ਉਹ ਸਾਡੇ ਪਰਿਵਾਰ ਦੇ ਮੈਂਬਰ ਹੈ। ਜੇ ਪਰਿਵਾਰ ਦੇ ਮੈਂਬਰ 'ਚ ਕੋਈ ਮੁਸ਼ਕ ਕੋਈ ਇਸ਼ੂ ਹੋਏ, ਜੇ ਪਰਿਵਾਰ ਦੇ ਮੈਂਬਰ ਵਿੱਚ ਕੋਈ ਉਹਨਾਂ ਨੂੰ ਕੋਈ ਸਮੱਸਿਆ ਹੋਏ, ਉਹ ਸਾਡੇ ਪਰਿਵਾਰ ਸਾਰਿਆਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਦੇ ਬਜ਼ੁਰਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ। ਐਜ਼ ਪਾਰਟੀ ਦੇ ਮੁਖੀ ਮੈਂ ਹਾਂ। ਮੇਰੇ ਬਜ਼ੁਰਗ ਪਾਰਟੀ ਦੇ ਬਜ਼ੁਰਗ ਕੋਲ ਵੀ ਜਾ ਸਕਦੇ ਆ, ਉਹਨਾਂ ਗੱਲ ਕਰ ਮੇਰੇ ਕੋਲ ਵੀ ਆ ਸਕਦੇ ਆ, ਜਾਂ ਮੈਨੂੰ ਹੁਕਮ ਕਰ ਮੈਂ ਉਹਨਾਂ ਕੋਲ ਆ ਜਾਊਂਗਾ। ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਪਰਿਵਾਰ ਹੈ ਸਾਡਾ, ਪਰਿਵਾਰ ਹੈ। ਸੁਖਬੀਰ ਜੀ, ਕਿਤੇ ਨਾ ਕਿਤੇ ਤੁਹਾਡੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਨਹੀਂ ਹੋ ਰਹੀ? ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਦੱਸਾਂ ਕੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਾਡੀ ਜਿਹੜੀ ਜਥੇਬੰਦੀ ਹੈ, ਉਹਨਾਂ ਨੇ ਦਾਸ ਨੂੰ ਮੌਕਾ ਦਿੱਤਾ ਸੇਵਾ ਦਾ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਥੇਬੰਦੀ ਕਹੂਗੀ ਕਿ ਤੁਸੀਂ ਸੇਵਾ ਮੁਕਤ ਹੋ ਜਾਓ ਅਤੇ ਹੋਰ ਕਿਸੇ ਨੂੰ ਬਣਾਉਣਾ ਚਾਹੁੰਦਾ, ਮੈਂ ਰੈਡੀ ਹਾਂ। ਕਿਉਂਕਿ ਦੱਸਾਂ ਗੱਲ ਕੀ ਹੈ, ਜਥੇਬੰਦੀ ਪਾਰਟੀ ਸਭ ਤੋਂ ਵੱਡੀ ਹੈ, ਕਿਸੇ ਇੰਡੀਵਿਜੁਅਲ ਪਾਰਟੀ ਤੋਂ ਵੱਡਾ ਨਹੀਂ ਹੈ। ਅੱਜ ਕੋਈ, ਮੈਂ ਪਹਿਲੇ ਵੀ ਕਿਹਾ, ਹਰ ਸਟੇਜ 'ਤੇ ਵੀ ਕਿਹਾ, ਆ ਕਿਸੇ ਦੀ ਜਾਇਦਾਦ ਨਹੀਂ ਹੈ। ਜਦੋਂ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ, ਮੈਂ ਤਿੰਨ ਦਿਨ ਨਿਭਾਈ। ਜਦੋਂ ਤੱਕ ਮੈਨੂੰ ਹੁਕਮ ਕਰਨਗੇ, ਪਾਰਟੀ ਸਾਰੀ ਹੁਕਮ ਕਰੂਗੀ, ਮੈਂ ਨਿਭਾਊਂਗਾ। ਜਦੋਂ ਪਾਰਟੀ ਕਹੂਗੀ ਕਿਸੇ ਹੋਰ ਨੂੰ ਕਰਨਾ, ਆਪਾਂ ਮੋਸਟ ਰੈਡੀ ਹੈ। ਨਹੀਂ, ਪਰ ਉਹ ਵਾਰ ਵਾਰ ਇੱਕ ਗੱਲ ਕਹਿੰਦੇ ਕਿ ਡੇਰਾ ਸਰਸਾ ਦੇ, ਮੈਂ ਜਿਹੜਾ ਮੈਂ ਕਹਿ ਰਿਹਾ, ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕੀ ਕਹਿ ਰਿਹਾ, ਕਿਉਂਕਿ ਮੇਰੇ ਬਜ਼ੁਰਗ ਹੈ, ਮੇਰਾ